एवरीवन वेलकम और वेलकम बैक टू माय चैनल बीए सेमेस्टर 4 पंजाबी इलेक्टिव ਦੇ ਵਿੱਚ ਸਾਹਿਤ ਦੇ ਰੂਪ ਆਪਾਂ سٹارٹ ਕੀਤਾ ਹੋਇਆ ਜਿਸ ਦੇ ਵਿੱਚ ਆਪਾਂ ਸੈਕਿੰਡ ਨੰਬਰ ਟਾਪਿਕ ਕਵਰ ਕਰ ਰਹੇ ਹਾਂ ਕਾਫੀ ਬਹੁਤ ਹੀ ਇੰਪੋਰਟੈਂਟ ਇੰਟਰਸਟਿੰਗ ਟਾਪਿਕ ਹੈ ਤੇ ਪੇਪਰ ਦੇ ਵਿੱਚ ਕਾਫੀ ਵਾਰ ਪੁੱਛਿਆ ਜਾਂਦਾ ਗੁਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵੀ ਤੇ ਆਪਣੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਠੀਕ ਹੈ ਸੋ ਕਾਫੀ ਜਿਹੜੀ ਹੈ ਇਹ ਵਰਡ ਜਿਹੜਾ ਹੈ ਫਾਰਸੀ ਸ਼ਬਦ ਤੋਂ ਆਇਆ ਹੈ ਪਲੱਸ ਜਿਹੜਾ ਹੈ ਜਿਹੜੇ ਵੀ ਸੂਫੀ ਫਕੀਰ ਹੁੰਦੇ ਸੀ ਉਹ ਇਹਨਾਂ ਦੇ ਵਿੱਚ ਜਿਹੜਾ ਹੈ ਕਾਫੀਆਂ ਰਚਦੇ ਹੁੰਦੇ ਸੀਗੇ ਤਾਂ ਇੱਕ ਤਰ੍ਹਾਂ ਹੀ ਦੇ ਵਿੱਚ ਜਿਹੜਾ ਹੈ ਵਿయోగ ਦੀ ਪੀੜ ਹੁੰਦੀ ਸੀ ਪਰਮਾਤਮਾ ਦੇ ਨਾਲ ਅਲਾਹੀ ਜਿਹੜਾ ਸੀ ਪਿਆਰ ਹੁੰਦਾ ਸੀ ਠੀਕ ਹੈ ਸੋ ਪਰਮਾਤਮਾ ਦੇ ਅੱਗੇ ਅਰਜੋਈ ਮੰਨਤਾ ਤਰਲੇ ਕੀਤੇ ਜਾਂਦੇ ਸੀ ਕਿ ਮੇਰਾ ਮੈਨੂੰ ਦیدار ਕਰਾ ਅਤੇ ਆਪਣੇ ਨਾਲ ਮਿਲਾ ਸੋ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰਾ ਕੰਟੈਂਟ ਮੇਰੇ ਚੈਨਲ ਤੇ ਅਵੇਲੇਬਲ ਹੈ ਕਾਫੀ ਸਾਰੇ ਸਿਲੇਬਸ ਟੀਚਿੰਗ ਵੀਡੀਓਜ਼ ਮੇਰੇ ਚੈਨਲ ਤੇ ਉੱਤੇ ਅਵੇਲੇਬਲ ਨੇ ਤੇ ਰਹੀ ਗੱਲ ਕੁਐਸਚਨਸ ਦੀ ਇੰਪੋਰਟੈਂਟ ਕੁਐਸਚਨਸ ਪੰਜਾਬੀ ਤੇ ਇੰਗਲਿਸ਼ ਦੇ ਮੈਂ ਪਾ ਚੁੱਕੀ ਹਾਂ ਇਕਨੋਮਿਕਸ ਦੇ ਜਿਹੜੇ ਨੇ ਕੁਐਸਚਨਸ ਉਹ ਵੀ ਮੈਂ ਪਾ ਦਿੱਤੇ ਨੇ ਇੰਪੋਰਟੈਂਟ ਕੁਐਸਚਨ ਤੁਹਾਡੇ ਵੀ ਜਲਦੀ ਹੀ ਮੈਂ ਅਪਲੋਡ ਕਰ ਦਾਂਗੀ ਜਿਹੜੇ ਵੀ ਵਿਦਿਆਰਥੀ ਪੋਲੀਟੀਕਲ ਹਿਸਟਰੀ ਜਿੰਨੇ ਵੀ ਸਬਜੈਕਟਸ ਨੇ ਠੀਕ ਹੈ ਇਲੈਕਟਿਵ ਦੇ ਸਬਜੈਕਟਸ ਨੇ ਕੁਐਸਚਨ ਆਨਸਰ ਜਿਹੜੇ ਮੰਗ ਰਹੇ ਨੇ ਜਲਦੀ ਹੀ ਮੈਂ ਇਹ ਵੀ ਅਪਲੋਡ ਕਰ ਦਾਂਗੀ ਪਲੱਸ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚੈਨਲ ਨੂੰ ਅਤੇ ਨਾਲ ਹੀ ਪਰ ਪਰ ਕੇ ਲਾਈਕਸ ਪਰ ਪਰ ਕੇ ਕਮੈਂਟਸ ਕਰਿਆ ਕਰੋ ਹਰੇਕ ਬੱਚਾ ਇੱਕ ਕਮੈਂਟ ਤਾਂ ਜ਼ਰੂਰ ਕਰਿਆ ਕਰੋ ਤੁਹਾਨੂੰ ਪਤਾ ਮੈਂ ਤੁਹਾਡੇ ਸਭ ਦੇ ਕਮੈਂਟ ਦੇਖਦੀ ਹਾਂ ਪਲੱਸ ਰਿਪਲਾਈ ਵੀ ਕਰਦੀ ਹ ਕਾਫੀ ਤੋਂ ਕੀਪਾਪ ਹੈ ਤਾਂ ਕਾਫੀ ਹੋਣੇ ਦੱਸ ਕੇ ਆਟੀਆਂ ਸੂਫੀ ਏ ਸੂਫੀ ਮਤ ਦੇ ਵਿਦਵਾਨ ਜਿਹੜੇ ਨੇ ਸੂਫੀ ਫਕੀਰ ਜਿਹੜੇ ਹੋਏ ਨੇ ਤੇ ਉਹਨਾਂ ਨੇ ਜਿਹੜਾ ਸੀਗਾ ਸਾਹਿਤ ਦਾ ਇੱਕ ਨਵਾਂ ਰੂਪ ਦਿੱਤਾ ਜਿਸ ਨੂੰ ਕਾਫੀ ਕਿਹਾ ਜਾਂਦਾ ਹੈ ਤੇ ਇਹ ਦੱਖਣ ਆਪਣੇ ਜਿਹੜਾ ਹੈ ਦੱਖਣ ਪੱਛਮ ਦੀ ਸਾਈਡ ਤੋਂ ਜਿਹੜਾ ਹੈ ਸੂਫੀ ਇਹ ਵਰਡ ਜਿਹੜਾ ਹੈ ਆਇਆ ਕਿਉਂਕਿ ਜਿਹੜੇ ਸੂਫੀ ਫਕੀਰ ਸੀ ਉਥੋਂ ਦੀ ਹੀ ਆਏ ਸੀ ਤਾਂ ਜਦੋਂ ਵੀ ਕੋਈ ਨਵਾਂ ਵਿਚਾਰ ਜਾਂ ਭਾਵਨਾ ਪੈਦਾ ਹੁੰਦੀ ਹੈ ਤਾਂ ਉਸ ਨੂੰ ਸਹੀ ਰੂਪ ਦੇ ਵਿੱਚ ਪ੍ਰਗਟਾਉਣ ਦੇ ਲਈ ਉਸ ਦੇ ਅਨੁਸਾਰ ਕਾਵ ਰੂਪ ਜਾਂ ਸ਼ੈਲੀ ਕੋਈ ਜਨਮ ਨਹੀਂ ਲੈਂਦੀ ਹੈ ਠੀਕ ਹੈ ਜਦੋਂ ਕੋਈ ਨਵਾਂ ਵਿਚਾਰ ਆਪਾਂ ਨੇ ਦੇਣਾ ਹੈ ਜਾਂ ਭਾਵਨਾ ਦੇਣੀ ਹੈ ਤਾਂ ਸਹੀ ਰੂਪ ਦੇ ਨਾਲ ਪ੍ਰਗਟਾਉਣ ਲਈ ਜਿਹੜਾ ਹੈ ਕਾਵ ਰੂਪ ਜਾਂ ਸ਼ੈਲੀ ਜਨਮ ਲੈਂਦੀ ਹੈ ਤਾਂ ਜਿਹੜਾ ਸੂਫੀ ਸਾਧਨਾ ਜਿਹੜੀ ਹੈਗੀ ਹੈ ਜਜਮਾ ਨੇ ਇੱਕ ਨਵਾਂ ਰੂਪ ਇੱਕ ਨਵਾਂ ਅਨੁਭਵ ਲੈ ਕੇ ਆਏ ਤਾਂ ਸੂਫੀ ਜਿਹੜੇ ਨੇ ਸੂਫੀ ਫਕੀਰ ਇੱਕ ਜਜਬੇ ਆਪਣੇ ਲੈ ਕੇ ਆਏ ਨੇ ਇੱਕ ਨਵਾਂ ਅਨੁਭਵ ਲੈ ਕੇ ਆਏ ਨੇ ਤੇ ਉਹਨਾਂ ਨੂੰ ਉਹਨਾਂ ਨੇ ਜਿਹੜਾ ਵੀ ਟੰਗ ਪ੍ਰਗਟਾਉਣ ਦਾ ਰਚਿਆ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਾਫੀ ਇਸ ਜਜ਼ਬੇ ਵਿੱਚ ਵਿయోగ ਹੁੰਦਾ ਹੈ ਵਿయోగ ਕੀ ਜਿਹੜੀ ਵੀ ਵਿਛੜਨਾ ਠੀਕ ਹੈ ਵਿయోగ ਕੀ ਹੁੰਦਾ ਹੈ ਵਿਛੜਨ ਦੇ ਵਿੱਚ ਜਿਹੜੀ ਆਪਣੀ ਰੋਣ ਦਾ ਵੀ ਲਾਭ ਜਿਆ ਕੀਤਾ ਜਾਂਦਾ ਹੈ ਹਨਾ ਸੋ ਇਸ਼ਕ ਦੀ ਤੀਬਰਤਾ ਹੁੰਦੀ ਹੈ ਇਲਾਹੀ ਵਿਸਮਾਦੀ ਰੰਗ ਉਹਨਾਂ ਇਲਾਹੀ ਮਤਲਬ ਅੱਲਾਹ ਨੂੰ ਮਿਲਣ ਕਿਉਂਕਿ ਸੂਫੀ ਵਕੀਰ ਇਸਲਾਮ ਧਰਮ ਦੇ ਨਾਲ ਸੰਬੰਧਿਤ ਸੀ ਤਾਂ ਇਲਾਹੀ ਵਿਸਮਾਦੀ ਰੰਗ ਸੀ ਆਪਣੇ ਪਰਮਾਤਮਾ ਦੇ ਅੱਗੇ ਅਰਜੋਈ ਯਾਨੀ ਕਿ ਬੇਨਤੀ ਕਰਦੇ ਸੀਗੇ ਸੋ ਇਸ ਜਜ਼ਬੇ ਲਈ ਜਿਹੜਾ ਵੀ ਟੁਕਮਾ ਰੂਪ ਸਾਹਮਣੇ ਆਇਆ ਉਹ ਕਾਫੀ ਅਖਵਾਇਆ ਤਾਂ ਸਿੰਪਲ ਜਿਹੇ ਵਰਡਸ ਚ ਕਰਦੇ ਆ ਕਿ ਕਾਫੀ ਦਾ ਅਰਥ ਹੈ ਕਿ ਜਦੋਂ ਸੂਫੀ ਰੰਗ ਦੇ ਨਾਲ ਜਿਹੜਾ ਹੈ ਵਿయోగ ਦੀ ਪੀੜ ਦੱਸੀ ਜਾਵੇ ਇਸ਼ਕ ਦੀ ਤੀਬਰਤਾ ਦੱਸੀ ਜਾਵੇ ਇਲਾਹੀ ਵਿਸਮਾਦੀ ਰੰਗ ਦੱਸਿਆ ਜਾਵੇ ਅਤੇ ਪਰਮਾਤਮਾ ਦੇ ਅੱਗੇ ਪਰਮਾਤਮਾ ਉਹਨਾਂ ਦਾ ਇਲਾਹੀ ਠੀਕ ਹੈ ਅੱਲਾ ਦੇ ਅੱਗੇ ਅਰਜ਼ੂਈ ਕੀਤੀ ਜਾਵੇ ਤਾਂ ਇਸ ਜਜਵੇ ਨੂੰ ਜਿਹੜਾ ਹੈ ਦਰਸਾਉਣ ਲਈ ਜਿਹੜਾ ਟੰਗ ਵਰਤਿਆ ਜਾਂਦਾ ਹੈ ਉਹ ਕਾਫੀ ਹੁੰਦਾ ਕਾਫੀ ਇੱਕ ਅਰਬੀ ਦਾ ਸ਼ਬਦ ਹੈ ਅਤੇ ਵਿਦਵਾਨਾਂ ਨੇ ਇਸ ਦੇ ਅਲੱਗ-ਅਲੱਗ ਟੰਗ ਦੇ ਨਾਲ ਇਸ ਨੂੰ ਜਿਹੜਾ ਹੈ ਪੇਸ਼ ਕੀਤਾ ਹੈ ਅੱਗੇ-ਅੱਗੇ ਚੱਲਣ ਵਾਲਾ ਲੋੜ ਪੂਰੀ ਕਰਨ ਵਾਲਾ ਕਫਾਇਤੀ ਕਰਨ ਵਾਲਾ ਵਾਰ-ਵਾਰ ਆਉਣ ਵਾਲਾ ਤਾਂ ਕਾਫੀ ਸ਼ਬਦ ਦਾ ਕੀਰਤ ਹੈ ਅੱਗੇ-ਅੱਗੇ ਚੱਲਣ ਵਾਲਾ ਲੋੜ ਪੂਰੀ ਕਰਨ ਵਾਲਾ ਕਫਾਇਤ ਕਰਨ ਵਾਲਾ ਅਤੇ ਵਾਰ-ਵਾਰ ਆਉਣ ਵਾਲਾ ਕਾਫ ਕਾਫ ਖੇਤਰ ਦੇ ਵਿੱਚ ਭਾਈ ਕਾਨ ਸਿੰਘ ਅਨੁਸਾਰ ਕਾਫ ਜਿਹੜੀ ਕਾਫੀ ਹੈ ਉਹ ਛੰਦ ਦਾ ਉਹ ਪਾਤ ਹੈ ਠੀਕ ਹੈ ਕਾਫੀ ਕੀ ਹੈ ਛੰਦ ਦਾ ਉਹ ਪਾਤ ਹੈ ਜੋ ਸਥਾਈ ਸਥਾਈ ਰਹਿੰਦਾ ਅਤੇ ਜਿਸ ਦੇ ਪਿੱਛੇ ਜਿਹੜੀਆਂ ਹੈ ਹੋਰ ਤੁਕਾਂ ਗਾਇਨ ਸਮੇ ਜੋੜੀਆਂ ਜਾਂਦੀਆਂ ਇੱਕ चीज ਸਥਿਰ ਰਹਿੰਦੀ ਹੈ ਪਿੱਛੇ ਜਿਹੜੀਆਂ ਹੈ ਹੋਰ ਲਾਈਨਸ ਤੁਕਾਂ ਜਿਹੜੀਆਂ ਨੇ ਗਾਣ ਜੋੜੀਆਂ ਜਾਂਦੀਆਂ ਨੇ ਜੋ बार-बार ਗੀਤ ਦੇ ਨਾਲ ਤਾਲ ਵਿਸਰਾਮ ਦੇ ਉੱਤੇ ਆਉਂਦਾ ਹੈ ਅਤੇ ਇਹ ਕੋਈ ਛੰਦ ਦੀ ਖਾਸ ਜਾਤੀ ਨਹੀਂ ਹੈ ਤਾਂ ਮਤਲਬ ਜਿਹੜਾ ਹੈ ਇਹ ਇੱਕ ਸਥਾਈ ਹੁੰਦਾ ਹੈ ਹੁਣ ਵਿਦਵਾਨਾਂ ਨੇ ਇਸ ਨੂੰ ਰਾਗਣੀ ਵੀ ਲਿਖਿਆ ਬਹੁਤ ਸਾਰੇ ਵਿਦਵਾਨਾਂ ਨੇ ਪਰ ਕਾਫੀਆਂ ਦੇ ਰਾਗਾਂ ਦੇ ਵਿੱਚ ਲਿਖੇ ਹੋਣ ਕਰਕੇ ਇਸ ਨੂੰ ਰਾਗਣੀ ਕਹਿਣਾ ਜਿਹੜਾ ਹੈ ਸਰਲ ਨਹੀਂ ਹੈ ਕੁਝ ਲੋਕ ਵਿਦਵਾਨ ਮੰਨਦੇ ਨੇ ਕਿ ਇਹ ਜਿਹੜੀ ਕਾਫੀ ਹੈ ਇਹ ਰਾਗ ਹੈ ਪਰ ਕੁਝ ਜਿਹੜੇ ਨੇ ਇਸ ਨੂੰ ਰਾਗਣੀ ਨਹੀਂ ਕਹਿੰਦੇ ਪਰਿਭਾਸ਼ਾ ਜਿਹੜੀ ਇਹ ਕਾਫੀ ਗਉਣ ਦੇ ਲਈ ਲਿਖੀ ਅਜਿਹੀ ਇੱਕ ਰਚਨਾ ਹੈਗੀ ਹੈ ਕਾਵ ਰਚਨਾ ਜਿਸ ਦੇ ਵਿੱਚ ਕੋਈ ਵਿਸ਼ੇਸ਼ ਥਾਂ ਚੰਦ ਜਿਹੜੇ ਨੇ ਨਿਸ਼ਚਿਤ ਨਹੀਂ ਹੁੰਦੇ ਇਹ ਕਿਸੇ ਵੀ ਰਾਗ ਵਿੱਚ ਗਾਈ ਜਾ ਸਕਦੀ ਹੈ ਤਾਂ ਕਾਫੀ ਜਿਹੜੀ ਹੈ ਇੱਕ ਅਜਿਹੀ ਰਚਨਾ ਹੈ ਜਿਹੜੀ ਕਿਸੇ ਵੀ ਰਾਗ ਵਿੱਚ ਗਾਈ ਜਾ ਸਕਦੀ ਹੈ ਅਤੇ ਸੰਗੀਤਮਈ ਹੋਣਾ ਇਸ ਦੀ ਬਨਿਆਦੀ ਲੋੜ ਹੈ ਕਿਉਂਕਿ ਕਾਭੀ ਜਿਹੜੀ ਹੈ 뮤직 ਦੇ ਵਿੱਚ ਚੱਲਦੀ ਹੈ ਠੀਕ ਹੈ ਲਾਇਨ ਦੇ ਵਿੱਚ ਚੱਲਦੀ ਹੈ ਅਤੇ ਰਾਗ ਦੇ ਵਿੱਚ ਹੀ ਗਾਈ ਜਾ ਸਕਦੀ ਹੈ ਜਜ਼ਬੇ ਦੀ ਤੀਬਰਤਾ ਇਸ ਦੀ ਜਿੰਦ ਜਾਣਾ ਮਤਲਬ ਇਹਦੇ ਨੂੰ ਪੂਰੇ ਜਜ਼ਬੇ ਦੇ ਨਾਲ ਜੋਸ਼ ਦੇ ਨਾਲ ਗਾਇਆ ਜਾਂਦਾ ਹੁਣ ਕਾਫੀ ਦੇ ਜਿਹੜੇ ਤੱਤ ਨੇ ਉਹ ਕੀ ਨੇ ਰਹਸਵਾਦੀ ਅਨੁਭਵ ਤਾਂ ਇਸ ਦੇ ਵਿੱਚ ਰਹਸਵਾਦ ਹੁੰਦਾ ਹੈ ਇਹ ਇਸ ਦਾ ਪਹਿਲਾ ਤੱਤ ਹੈ ਕਿਉਂਕਿ ਇਸ ਦੀ ਸ਼ੁਰੂਆਤ ਕਿਸ ਤੋਂ ਹੋਈ ਹੈ ਸੂਫੀ ਕਵੀਆਂ ਤੋਂ ਤਾਂ ਇਸ ਦੇ ਵਿੱਚ ਰਹਸਵਾਦ ਹੁੰਦਾ ਹੈ ਕਿਉਂਕਿ ਇਹ ਜਿਹੜੇ ਸੂਫੀ ਕਵੀ ਹੋਏ ਨੇ ਸੂਫੀ ਫਕੀਰ ਹੋਏ ਨੇ ਇਹ ਰੱਬ ਦੇ ਨਾਲ ਇਲਾਹੀ ਰੱਬ ਇਲਾਹੀ ਪਰਮਾਤਮਾ ਦੇ ਨਾਲ ਜੁੜੇ ਹੋਏ ਸੀ ਠੀਕ ਹੈ ਅੱਲਾ ਨੂੰ ਪ੍ਰਾਪਤ ਕਰਨ ਲਈ ਜਿਹੜੇ ਸੀਗੇ ਝੂਟ ਝੂਟੇ ਲੈ ਲੈ ਕੇ ਠੀਕ ਹੈ ਝੂਮ ਝੂਮ ਕੇ ਜਿਹੜਾ ਹੈਗਾ ਇਹ ਰੱਬ ਦੀ ਉਸਤਤ ਕਰਦੇ ਹੁੰਦੇ ਸੀ ਤਾਂ ਉਦੋਂ ਜਿਹੜਾ ਹੈ ਇਹ ਕਾਫੀਆਂ ਰਚ ਦਿੰਦੇ ਸੀ ਤਾਂ ਅਧਿਆਤਮਕ ਇਹਨਾਂ ਦਾ ਵਿਸ਼ਾ ਹੁੰਦਾ ਸੀ ਕਿਉਂਕਿ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ ਰਹਾਸਵਦੀ ਅਨੁਭਵ ਤੋਂ ਬਿਨਾ ਇਹ ਜਿਹੜੀ ਸਖਣੀ ਮਤਲਬ ਕਿ ਅਧੂਰੀ ਪ੍ਰਤੀਤ ਹੁੰਦੀ ਹੈ ਲੈਂਦੀ ਉਪਭਾਸ਼ਾ ਠੀਕ ਹੈ ਤਨ ਲੈਂਦੀ ਉਪਭਾਸ਼ਾ ਦੇ ਵਿੱਚ ਹੈ ਇਹ ਸ਼ੁਰੂ ਦੇ ਵਿੱਚ ਸੂਫੀ ਫਕੀਰ ਜਿਹੜੇ ਸੀ ਅਧਿਕਤਰ ਮਲਤਾਨ ਦੇ ਇਲਾਕੇ ਤੋਂ ਹੀ ਆ ਰਹੇ ਸੀਗੇ ਇਸ ਕਰਕੇ ਜਿਹੜਾ ਹੈ ਪੰਜਾਬ ਦੇ ਵਿੱਚ ਕਾਫੀ ਲੈਂਦੀ ਭਾਸ਼ਾ ਲਿਖੀ ਜਾਣੀ ਸ਼ੁਰੂ ਹੋਈ ਦੱਖਣ ਪੱਛਮ ਤੋਂ ਠੀਕ ਹੈ ਅਤੇ ਇਸ ਕਰਕੇ ਬਹੁਤ ਹੀ ਜ਼ਿਆਦਾ ਕਾਫੀਕਾਰ ਜਿਹੜੇ ਨੇ ਉਹ ਇੱਥੇ ਪੰਜਾਬ ਚ ਆਏ ਤੇ ਹੋਰ ਵੀ ਸਾਡੇ ਵਾਲੇ ਪੰਜਾਬੀਆਂ ਨੇ ਵੀ ਉਹਨਾਂ ਤੋਂ ਕਾਫੀਆਂ ਸਿੱਖਿਆ ਤੇ ਲੈਂਦੀ ਉਪਭਾਸ਼ਾ ਜਿਹੜੀ ਹੈਗੀ ਹੈ ਇਸ ਦਾ ਮੇਨ ਤੱਤ ਹੈ ਰਾਗਾਤਮਕ ਤਾਂ ਇਹ ਜਿਹੜੀ ਮੇਨੀ ਦਾ ਹੁੰਦਾ ਕਿ ਇਹ ਰਾਗਾਤਮਕ ਹੁੰਦੀ ਹੈ ਰਾਗ ਦੇ ਵਿੱਚ ਹੁੰਦੀ ਹੈ ਅਤੇ ਮਜਲਸਾਂ ਦੀ ਜੰਪਲ ਹੈ ਤਾਂ ਜਿੱਥੇ ਵੀ ਸੂਫੀ ਫਕੀਰ ਇਕੱਠੇ ਹੁੰਦੇ ਸੀ ਮਜਲਸ ਯਾਨੀ ਕਿ ਮਤਲਬ ਗੱਪ-ਸ਼ਪ ਕਰਦੇ ਸੀ ਤਾਂ ਉੱਥੇ ਹੀ ਜਿਹੜਾ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਕੀਰਤਨ ਟਾਈਪ ਕਰਦੇ ਹੁੰਦੇ ਸੀ ਤਾਂ ਉੱਥੇ ਅਗਰ ਉਹ ਬੈਠਦੇ ਸੀ ਤਾਂ ਉੱਥੇ ਹੀ ਮਜਲਸਾਂ ਦੇ ਵਿੱਚ ਜਿਹੜੀ ਹੈ ਇਹ ਦੀ ਸਟਾਰਟਿੰਗ ਹੋਈ ਹੈ ਰਾਗ ਦੇ ਵਿੱਚ ਵਜਤ ਅਤੇ ਆਵੇਸ਼ ਵਿੱਚ ਸਰਲ ਮੰਨ ਦੇ ਨਾਲ ਜਿਹੜਾ ਹੈ ਨਿਰਛਲ ਪ੍ਰਗਟਾਵੇ ਦੇ ਨਾਲ ਜਿਹੜਾ ਹੈ ਕਿਸੇ ਖਾਸ ਛੰਦ ਨੂੰ ਨਹੀਂ ਅਪਣਾਇਆ ਜਾਂਦਾ ਸਿਰਫ ਇਹ ਰਾਗ 'ਚ ਚਲਦੀ ਆ ਅਤੇ ਬਹੁਤ ਹੀ ਜ਼ਿਆਦਾ ਸੰਗੀਤ ਦਾ ਸੁੰਦਰ ਮਾਹੌਲ ਜਿਹੜਾ ਹੈ ਪੈਦਾ ਕਰ ਦਿੰਦੀ ਹੈ ਸਮੂਹ ਲਈ ਪ੍ਰੇਰਨਾ ਦਾ ਹੋਣਾ ਕਾਫੀ ਜ਼ਰਦਾ ਜਿਹੜਾ ਹੈ ਚੌਥਾ ਤਾਤਾ ਮਤਲਬ ਪ੍ਰੇਰਨਾ ਜਿਹੜੀ ਹੈ ਹੋਣੀ ਚਾਹੀਦੀ ਹੈ ਕਿਉਂਕਿ ਜਨ ਸਮੂਹ ਵਿੱਚ ਇਹ ਗਾਇਆ ਜਾਂਦਾ ਇਸ ਕਰਕੇ ਇਸ ਨੂੰ ਸਮੂਹਕ ਗਾਣ ਵੀ ਕਿਹਾ ਜਾਂਦਾ ਹੈਗਾ ਸੂਫੀ ਫਕੀਰ ਜਿਹੜੇ ਨੇ ਪ੍ਰੇਮ ਰਸ ਨਾਲ ਭਰੀਆਂ ਕਾਫੀਆਂ ਗਾਣ ਵੇਲੇ ਜਿਹੜੇ ਨੇ ਵਜਦ ਵਿੱਚ ਨੱਚ ਉੱਠਦੇ ਨੇ ਝੂਮ ਝੂਮ ਕੇ ਜਿਹੜੇ ਹੈ ਗਾਉਂਦੇ ਨੇ ਅਤੇ ਮੁੱਖ ਸੂਫੀ ਜਿਹੜੇ ਨੇ ਉੱਚੀ ਸੁਰ ਦੇ ਵਿੱਚ ਪਹਿਲਾਂ ਰੱਬ ਦੇ ਪਿਆਰ ਦਾ ਕੋਈ ਗੀਤ ਗਾਉਂਦੇ ਨੇ ਅਤੇ ਬਾਕੀ ਸਿਰ ਹਲਾ ਹਲਾ ਕੇ ਜਿਹੜੇ ਨੇ ਤਾਲ ਦਿੰਦੇ ਨੇ ਮਤਲਬ ਚੂਮ ਚੂਮ ਕੇ ਜਿਹੜੀ ਹੈ ਕਾਫੀ ਆਪਣੀ ਗਾਈ ਜਾਂਦੀ ਹੈ ਜਦੋਂ ਬੰਦ ਦੀ ਅੰਤਲੀ ਟੋਕਾਂ ਦੀ ਮਤਲਬ ਅੰਤਲੀ ਲਾਈਨ ਆਂਦੀ ਹੈ ਤਾਂ ਉਸ ਨੂੰ ਸਾਰੇ ਮਿਲ ਕੇ ਗਾਉਂਦੇ ਨੇ ਪਹਿਲਾਂ ਜਿਹੜਾ ਹੈ ਇੱਕ ਬੰਦਾ ਗਾਉਂਦਾ ਜਿਹੜਾ ਕਾਫੀ ਰਚਦੈ 14 ਦੇ ਪਿੱਛੇ ਵਿੱਚ ਜਿਹੜੇ ਨੇ ਬਾਕੀ ਦੇ ਵੀ ਰਲ ਕੇ ਜਿਹੜਾ ਹੈ ਚੂਮ ਚੂਮ ਕੇ ਤਾਲ ਦੇ ਕੇ ਸਿਰ ਹਲਾ ਹਲਾ ਕੇ ਜਿਹੜਾ ਹੈ ਕਾਫੀ ਨੂੰ ਜਿਹੜਾ ਨੇ ਗਾਉਂਦੇ ਨੇ ਸਿਰਜਣ ਵਿਧੀ ਤਾਂ ਕਾਫੀ ਦੀ ਸਿਰਜਣ ਵਿਧੀ ਦੀ ਕੋਈ ਸੀਮਾ ਨਿਸ਼ਚਿਤ ਨਹੀਂ ਕੀਤੀ ਜਾਂਦੀ ਵੀ ਕਿੰਨੀ ਕੁ ਕਾਫੀ ਜੜੀ ਹੈ ਵੱਡੀ ਹੋਏਗੀ ਜਾਂ ਛੋਟੀ ਹੋਏਗੀ ਅਸਲ ਦੇ ਵਿੱਚ ਜਦੋਂ అనుభవ ਦੀ شدت ਹੋ ਜਾਂਦੀ ਹੈ ਠੀਕ ਹੈ ਬਹੁਤ ਹੀ ਜ਼ਿਆਦਾ ਐਕਸਪੀਰੀਅੰਸ ਹੋ ਜਾਂਦਾ ਹੈ ਕਾਫੀ ਦਾ ਤਾਂ ਕਵੀ ਆਪਣੀ ਗੱਲ ਕਹਿਣ ਲਈ ਜਿਹੜਾ ਹੈ ਬੇਸਬਰਾ ਹੁੰਦਾ ਉਹ ਕਿਵੇਂ ਕਹਿੰਦਾ ਹੈ ਇਸ ਦਾ ਆਪਣਾ ਨਿੱਜੀ ਅੰਦਾਜ਼ ਹੁੰਦਾ ਤਾਂ ਮਤਲਬ ਅਲਗ-ਅਲਗ ਤੌਰ ਦੇ ਉੱਤੇ ਅੰਦਾਜ਼ ਦੇ ਉੱਤੇ ਜਿਹੜਾ ਹੈ ਕਾਫੀ ਗਾਈ ਜਾਂਦੀ ਹੈ ਇਸ ਲਈ ਕਾਫੀ ਦਾ ਕੋਈ ਵੀ ਖਾਸ ਪੈਟਰਨ ਨਿਸ਼ਚਿਤ ਨਹੀਂ ਕੀਤਾ ਜਾਂਦਾ ਆਮ ਤੌਰ ਤੇ ਕਵੀ ਟੇਕ ਦੀ ਟੁਕਰਾਚ ਲੈਂਦਾ ਅਤੇ ਫਿਰ ਉਸ ਜ਼ਿਆਰੇਦ ਵਾਲੇ ਆਪਣੀਆਂ ਭਾਵਨਾਵਾਂ ਨੂੰ ਸਿੱਧਾ ਪਹਿਲਾਂ ਇਕਲਾਈਨ ਨੂੰ ਸर्जਨਾ ਕਰ ਲੈਂਦਾ ਉਸ ਤੋਂ ਬਾਅਦ ਆਪਣੀਆਂ ਭਾਵਨਾਵਾਂ ਦੇ ਅਕੋਰਡਿੰਗ ਇਸ ਨੂੰ ਜਿਹੜਾ ਹੈ ਥੋੜਾ 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 ਜਿਹੜਾ ਹੈ ਚੇਂਜ ਕਰ ਦਿੰਦਾ ਉਸ ਨੂੰ ਐਕਸਪੀਰੀਅੰਸ ਹੋ ਜਾਂਦਾ 2 2 3 3 4 4 ਟੁਕਾਂ ਦੀਆਂ ਹੁੰਦੀਆਂ ਨੇ ਕਈ ਵਾਰ ਟੇਕ ਵਾਲੀ ਟੁਕ ਦੇ ਇਹਨਾਂ ਦੇ ਅੰਤ ਚਾਂਦੀ ਹੈ ਤੇ ਟੁਕਾਂ ਦੀ ਗਿਣਤੀ ਦੇ ਹਿਸਾਬ ਨਾਲ ਇਹਨਾਂ ਦੇ ਨਾਮ ਵੀ ਰੱਖੇ ਜਾਂਦੇ ਨੇ ਜਿਵੇਂ ਕਿ ਮਸਲਸ ਮਸਲਸ ਕਾਫੀ ਹੋਗੀ ਮੁਰਬਾ ਕਾਫੀ ਹੋਗੀ ਅਤੇ ਮੁਸਦਸ ਕਾਫੀ ਹੋਗੀ ਠੀਕ ਹੈ ਇਹ ਕਾਫੀ ਦੀਆਂ ਰਚਨਾਵਾਂ ਜਿਹੜੀ ਹੈ ਕਾਫੀ ਦੀਆਂ ਪ੍ਰਕਾਰ ਨੇ ਠੀਕ ਹੈ ਮੂਸਲਸ ਮੁਰਬਾ ਅਤੇ ਮੁਜ਼ਦਸ ਸੱਚ ਤਾਂ ਇਹ ਹੈ ਕਿ ਕਾਫੀ ਜਿਹੜੀ ਹੈ ਮੁਕਤ ਕਾਵ ਹੈ ਮਤਲਬ ਇਸ ਚ ਜੋੜ-ਜੋੜ ਕੇ ਜੋੜ-ਜੋੜ ਕੇ ਲਾਈਨਾਂ ਜਿਹੜੀਆਂ ਨੇ ਬਣਾਈਆਂ ਜਾਂਦੀਆਂ ਨੇ ਇਹ ਰਚਨਾ ਵਿਧਾਨ ਵੀ ਹੈ ਹਰ ਕਵੀ ਦਾ ਆਪਣਾ ਅਲੱਗ ਢੰਗ ਹੁੰਦਾ ਹੈ ਇਸ ਨੂੰ ਰਚਨਾ ਕਰਨ ਦਾ ਵੇਖਣੀ ਤਾਂ ਕੇਵਲ ਉਸ ਦੀ ਭਾਵਨਾ ਜਾਂ ਅਨੁਭੂਤੀ ਦੀ ਤੀਬਰਤਾ ਹੀ ਹੁੰਦੀ ਹੈ ਕਿ ਕਿੰਨਾ ਉਹ ਜਿਹੜਾ ਹੈ ਕਿੰਨੀ ਫੀਲਿੰਗਸ ਦੇ ਨਾਲ ਉਹ ਪਰਮਾਤਮਾ ਦੇ ਨਾਲ ਜੁੜਿਆ ਅਤੇ ਇਸ ਦਾ ਰਚਨਾ ਵਿਧਾਨ ਕਿੱਥੋਂ ਤੱਕ ਜਿਹੜਾ ਹੈ ਸਫਲਤਾਪੂਰਵਕ ਚੜ ਚੁੱਕਿਆ ਤਾਂ ਵਰਗੀਕਰਨ ਦੀ ਗੱਲ ਕਰੀਏ ਤਾਂ ਪੰਜਾਬੀ ਵਿੱਚ ਜਿਹੜੀ ਕਾਫੀ ਹੈ ਉਹ ਸੂਫੀ ਕਵੀਆਂ ਦੀ ਦੇਣਾ ਹੈ ਬਾਬਾ ਫਰੀਦ ਦੇ ਨਾਂ ਦੇ ਉੱਤੇ ਵੀ ਕਾਫੀਆਂ ਬਹੁਤ ਜ਼ਿਆਦਾ ਉਪਲਬਧ ਨੇ ਕਈ ਗੁਰੂ ਸਾਹਿਬਾਨ ਨੇ ਵੀ ਕਾਫੀਆਂ ਰਚੀਆਂ ਨੇ ਗੁਰਮਤਿ ਦੇ ਵਿੱਚ ਜਿਹੜਾ ਹੈ ਕਾਫੀ ਰਚਨ ਦੀ ਪਰੰਪਰਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਕਾਫੀਆਂ ਰਚ ਕੇ ਕੀਤੀ ਸੀ ਸ਼ਾਹ ਹੁਸੈਨ ਬੁੱਲੇ ਸ਼ਾਹ ਆਦੀ ਜਿਹੜੇ ਸੂਫੀ ਕਵੀ ਹੋਏ ਨੇ ਅਤੇ ਕਈ ਹਿੰਦੂ ਭਗਤ ਹੋਏ ਨੇ ਅਤੇ ਕਈ ਸੂਫੀ ਰੂਚੀ ਵਾਲੇ ਕਵੀ ਨੇ ਇਹਨਾਂ ਨੇ ਵੀ ਬਹੁਤ ਸਨੀਆਂ ਕਾਫੀਆਂ ਲਿਖੀਆਂ ਨੇ ਇਸ ਤਰ੍ਹਾਂ ਸੂਫੀ ਰਹੱਸਵਾਦੀ అనుభవ ਤੋਂ ਇਲਾਵਾ ਕਾਫੀਆਂ ਦੇ ਵਿਸ਼ਾ ਖੇਤਰ ਜਿਹੜਾ ਸੀ ਹੋਰ ਵਿਆਪਕ ਹੋ ਗਿਆ ਜਿਹੜੇ ਸੂਫੀ ਸੀਗੇ ਜਿਹੜੇ ਸੂਫੀ ਫਕੀਰ ਆਏ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਕਾਫੀਆਂ ਰਚੀਆਂ ਨੇ ਉਹ ਤਾਂ ਪਰਮਾਤਮਾ ਠੀਕ ਹੈ ਅੱਲਾ ਇਲਾਹੀ ਰੂਪ ਦੇ ਵਿੱਚ ਹੁੰਦੀਆਂ ਸੀ ਉਹਨਾਂ ਦਾ ਜਿਹੜਾ ਸੀ ਰਹੱਸਵਾਦ ਅਤੇ ਅਧਿਆਤਮਕ ਖੇਤਰ ਹੁੰਦਾ ਸੀ ਤੇ ਬਾਕੀ ਜਿਹੜੀਆਂ ਕਾਫੀਆਂ ਆਪਣੇ ਬਾਅਦ ਦੇ ਵਿੱਚ ਹੋਰ ਲੋਕਾਂ ਨੇ ਜਦੋਂ ਲਿਖਣੇ ਸ਼ੁਰੂ ਕੀਤੀਆਂ ਨੇ ਤਾਂ ਇਹਨਾਂ ਦਾ ਜਿਹੜਾ ਅਸੀਂ ਵਿਸ਼ਾ ਖੇਤਰ ਹੋਰ ਵਿਆਪਕ ਹੋ ਗਿਆ ਅਤੇ ਬਹੁਤ ਤਰ੍ਹਾਂ ਦੀਆਂ ਕਾਫੀਆਂ ਜਿਹੜੀਆਂ ਨੇ ਲਿਖੀਆਂ ਜਾਣ ਲੱਗੀਆਂ ਅਤੇ ਇਹ ਜਿਹੜੀਆਂ ਕਾਫੀਆਂ ਨੇ ਕਿੰਨੇ ਤਰ੍ਹਾਂ ਦੀਆਂ ਨੇ ਰਹਸਵਾਦੀ ਕਾਫੀਆਂ ਇਹਨਾਂ ਦੇ ਇਹ ਸਭ ਤੋਂ ਪਹਿਲਾਂ ਜਿਹੜੀ ਸਟਾਰਟਿੰਗ ਹੋਈ ਸੀ ਸੂਫੀ ਰਹਸਵਾਦੀ ਦੀ ਤਾਂ ਉਹਦੇ ਵਿੱਚ ਸੂਫੀ ਰਹਸਵਾਦੀ ਅਨੁਭਵ ਪ੍ਰਗਟਾਇਆ ਗਿਆ ਅਤੇ ਇਹ ਜ਼ਿਆਦਾਤਰ ਜਿਹੜੇ ਨੇ ਸੂਫੀ ਕਵੀਆਂ ਦੇ ਦੁਆਰਾ ਹੀ ਲਿਖੀਆਂ ਹੋਈਆਂ ਤਾਂ ਮੇਨ ਜਿਹੜਿਆ ਨੇ ਰਹਸਵਾਦੀ ਕਾਫੀਆਂ ਹੀ ਦੇਖਣ ਨੂੰ ਮਿਲਦੀਆਂ ਨੇ ਉਪਦੇਸ਼ਾਤਮਕ ਕਾਫੀਆਂ ਜਿੰਨੇ ਚੁਪਦੇਸ਼ ਦਿੱਤਾ ਜਾਂਦਾ ਤਾਂ ਕਿ ਜਿਹੜੇ ਨੇ ਜਿਗਿਆਸੂ ਇੱਕ ਉਦੇਸ਼ ਨੂੰ ਲੈ ਕੇ ਚੱਲਦੇ ਨੇ ਤੇ ਚੰਗੇ ਮਾਰਗ ਦੇ ਉੱਤੇ ਚੱਲਣ ਦੀ ਵੀ ਗੱਲ ਜਿਹੜੀ ਹੈ ਬਾਕੀਆਂ ਨੂੰ ਕੀਤੀ ਜਾਂਦੀ ਹੈ। ਪ੍ਰੇਮ ਪ੍ਰਦਾਨ ਕਾਫੀਆਂ ਵੀ ਹੁੰਦੀਆਂ ਜਿਦੇ ਵਿੱਚ ਪ੍ਰੇਮ ਦੇ ਸੱਚੇ ਸੁੱਚੇ ਰੂਪ ਨੂੰ ਜਿਹੜਾ ਹੈ ਅੱਗੇ ਦਰਸਾਇਆ ਜਾਂਦਾ ਹੈਗਾ ਤਾਂ ਪ੍ਰੇਮ ਪ੍ਰਦਾਨ ਕਾਫੀਆਂ ਵੀ ਦੇਖਣ ਨੂੰ ਮਿਲਦੀਆਂ ਨੇ। ਸਮਾਜਿਕ ਕਾਫੀਆਂ ਉਹ ਹੁੰਦੀਆਂ ਨੇ ਜਿਹੜੀਆਂ ਕਿ ਅਧਿਆਤਮਕਤਾ ਦੇ ਨਾਲ-ਨਾਲ ਮਨੁੱਖ ਦੇ ਜੀਵਨ ਦੇ ਨਾਲ ਵੀ ਜਿਹੜਾ ਹੈ ਜੀਵਨ ਨੂੰ ਸੁਧਾਰਨ ਦੇ ਨਾਲ ਵੀ ਜੁੜੀਆਂ ਜਾਂਦੀਆਂ ਨੇ ਅਤੇ ਇਸ ਦੇ ਵਿੱਚ ਉਪਦੇਸ਼ ਦਿੱਤਾ ਜਾਂਦਾ ਹੈ ਕਿ ਇਸ ਬੁਰਾਈ ਨੂੰ ਸੁਧਾਰੋ ਤਾਂ ਸਮੁੱਚੇ ਤੌਰ ਤੇ ਪ੍ਰੇਮ ਰਸ ਵਿੱਚ ਗੰਦ ਕਾਫੀਆਂ ਦੇਸੀ ਉਪਮਾਨਾਂ ਅਤੇ ਪ੍ਰਸੰਗਾ ਰੂਪਕਾਂ ਨਾਲ ਪਰਪੋਰ ਮਨੁੱਖੀ ਮਨ ਦੇ ਜਜ਼ਬੇ ਨੂੰ ਤੀਬਰਤਾ ਨਾਲ ਪੇਸ਼ ਕਰਨ ਵਾਲੀਆਂ ਕਾਵ ਰਚਨਾਵਾਂ ਨੇ ਠੀਕ ਹੈ ਕਦੇ-ਕਦੇ ਇਹਨਾਂ ਨੂੰ ਰਾਗਣੀ ਕਿਹਾ ਜਾਂਦਾ ਹੈ ਪਰ ਇਹ ਰਾਗਣੀ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੈ ਇੱਕ ਤਰ੍ਹਾਂ ਦੀਆਂ ਕਾਵ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈਗਾ ਚਾਂਦਨੀ ਹੁੰਦੇ ਇਹਦੇ ਵਿੱਚ ਇੱਕ ਟੁਕ ਦੀ ਲਾਈਨ ਉਸ ਤੋਂ ਬਾਅਦ ਦੋ ਦੋ ਲਾਈਨਾਂ ਜਿਹੜੀਆਂ ਨੇ ਐਡ ਕਰ ਦਿੰਦੀਆਂ ਅਤੇ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਹੈ ਲੋਅ ਦੇ ਵਿੱਚ ਲੈ ਦੇ ਵਿੱਚ ਜਿਹੜੀਆਂ ਹੈਗੀਆਂ ਝੂਮ ਝੂਮ ਕੇ ਜਿਹੜੀਆਂ ਹੈਗੀਆਂ ਸੰਗੀਤ ਦੇ ਨਾਲ ਇਹ ਗਾਈਆਂ ਜਾਂਦੀਆਂ ਤਾਂ ਸੂਫੀ ਫਕੀਰਾਂ ਤੋਂ ਇਹ ਉਤਪੰਨ ਹੋਈਆਂ ਨੇ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਫੈਲੀਆਂ ਨੇ ਅਤੇ ਗੁਰੂ ਨਾਨਕ ਦੇਵ ਜੀ ਨੇ ਵੀ ਕਾਫੀਆਂ ਰਚੀਆਂ ਨੇ ਤਾਂ ਇਹ ਜਿਹੜੀਆਂ ਕਾਫੀਆਂ ਸੀ ਇਹ ਮੇਨਲੀ ਜਿਹੜੀਆਂ ਨੇ ਰਹਿਸਵਾਦ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਪਦੇਸ਼ਾਤਮਕ ਹੁੰਦੀਆਂ ਨੇ ਕੋਈ ਨਾ ਕੋਈ ਉਪਦੇਸ਼ ਜ਼ਰੂਰ ਹੁੰਦਾ ਹੈ ਅਤੇ ਜਿਹੜੀਆਂ origion ਦੇ ਵਿੱਚ ਅਸਲੀਅਤ ਦੇ ਵਿੱਚ ਕਾਫੀਆਂ ਮਿਲੀਆਂ ਨੇ ਉਹ ਹੋ ਰਹਿਸਵਾਦ ਅਤੇ ਅਧਿਆਤਮਕ ਉਪਦੇਸ਼ਾਂ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਤਾਂ ਬਹੁਤ ਹੀ ਇੰਪੋਰਟੈਂਟ ਇੰਟਰਸਟਿੰਗ ਵੀਡੀਓ ਹੈ थैंक यू ਸੋ ਮੱਚ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ